हरप्रीत सिंह जवंदा की लिखी कहानी, आवाज गुरमहर। गुरमुख सिंह कुंगराली दाढ़ी वाला लम्मा जिहा मुंडा, उन्हां वेलियां की सब तो वध सोहनी पोचवी जी पग बनिया करता सी। नाल दियां उसनू पाठी आंख छेड़िया करदियां सन। रोज़ 15 किलोमीटर दूर बार्डर लागे कि पिंड तो पुराने जे साइकिल ते बटाले पढ़न आया करता सी। नैन कई बार मिले पर फाइनल दी फेयरवेल पार्टी विच उसने मेरे नाल पहली ते आखरी बार गल कीती। आखन लगा, जे ठीक समझो ता अगों भी अपने बारे दसदा रहा करांगा। नाल ही रुके विच लिखिया किन्ना कुछ ਅਤੇ ਆਪਣੇ ਪਿੰਡ ਦਾ ਐਡਰੈਸ ਮੈਨੂੰ ਫੜਾ ਗਿਆ। ਮੇਰੇ ਵੱਡੇ ਵੱਡੇ ਸੁਪਨਿਆਂ ਅੱਗੇ ਮਿੱਟੀ ਕੱਟੇ ਅਤੇ ਗੋਹੇ ਨਾਲ ਲਿਬੜੀਆਂ ਉਸਦੀਆਂ ਭਵਿੱਖ ਦੀਆਂ ਲਕੀਰਾਂ ਮੈਨੂੰ ਤੁੱਛ ਜਿਹੀਆਂ ਲੱਗੀਆਂ। ਮੈਂ ਰੁੱਕਾ ਪਾੜਿਆ ਨਾ, ਸੋਚਿਆ ਨਾਲ ਦਿਆਂ ਨੂੰ ਵਿਖਾਵਾਂਗੀ ਤਾਂ ਥੋੜ੍ਹਾ ਹਾਸਾ ਠੱਠਾ ਕਰ ਲੈਣਗੀਆਂ। ਨਾਲ ਦੀਆਂ ਕਿੰਨਾ ਕੁਝ ਲਿਖਿਆ ਦੇਖ ਬੜਾ ਹੱਸੀਆਂ। ਕੁਝ ਨੇ ਤਾਂ ਟੀਚਰ ਵੀ ਕੀਤੀ, ਆਖਿਆ ਤਾਂ ਕੀ ਹੋਇਆ ਜੇ ਪਿੰਡੋਂ ਆਉਂਦਾ ਏ ਤਾਂ ਸੂਰਤ ਅਤੇ ਸੀਰਤ ਦਾ ਤਾਂ ਮਾੜਾ ਨਹੀਂ। ਪਰ ਉਨੀ ਦਿਨੀ ਮੇਰਾ ਦਿਮਾਗ 7ਵੇਂ ਅਸਮਾਨ 'ਤੇ ਹੋਇਆ ਕਰਦਾ ਸੀ। ਪਤਾ ਨਹੀਂ ਮੈਂ ਉਹ ਰੁੱਕਾ ਕਦੋਂ ਅਤੇ ਕਿੱਥੇ ਪਾੜ ਕੇ ਸਿੱਟ ਦਿੱਤਾ। ਤਾਇਆਂ ਮਾਮਿਆਂ ਦੀਆਂ ਜ਼ਿਆਦਾਤਰ ਕੁੜੀਆਂ ਬਾਹਰ ਹੀ ਸਨ। ਉਹਨਾਂ ਦਾ ਰਹਿਣ ਸਹਿਣ, ਵਿਚਰਨ ਦਾ ਸਲੀਕਾ, ਵਿਆਹ ਮੰਗਣੇ 'ਤੇ ਅਕਸਰ ਹੀ ਹੁੰਦੀ ਉਹਨਾਂ ਦੀ ਖਾਸ ਤਰ੍ਹਾਂ ਦੀ ਖਾਤਰਦਾਰੀ ਅਤੇ ਉਹਨਾਂ ਦੇ ਵਾਲਾਂ ਕੱਪੜਿਆਂ ਵਿੱਚੋਂ ਆਉਂਦੀ ਇੱਕ ਵੱਖਰੀ ਤਰ੍ਹਾਂ ਦੀ ਵਿਚਿੱਤਰ ਜਿਹੀ ਖੁਸ਼ਬੂ ਮੈਨੂੰ ਹਮੇਸ਼ਾ ਹੀ ਆਕਰਸ਼ਿਤ ਕਰਿਆ ਕਰਦੀ ਸੀ। ਉਹ ਅਕਸਰ ਹੀ ਬਾਹਰ ਦੇ ਮਾਹੌਲ, ਰਹਿਣੀ ਸਹਿਣੀ, ਉੱਚੀਆਂ ਇਮਾਰਤਾਂ, ਦਰਿਆਵਾਂ, ਝੀਲਾਂ, ਗੋਰੇ ਗੋਰਿਆਂ ਦੀ ਗੱਲ ਕਰਿਆ ਕਰਦੀਆਂ ਸਨ। ਫਿਰ 1986 ਵਿੱਚ ਆਈ ਲੌਂਗ ਦੇ ਲਿਸ਼ਕਾਰੇ ਨਵੀਂ ਫਿਲਮ ਦਾ ਕਨੇਡਾ ਤੋਂ ਆਇਆ ਰਾਜ ਬੱਬਰ। ਕਨੇਡਾ ਤੋਂ ਆਇਆ ਰਾਜ ਬੱਬਰ ਮੈਨੂੰ ਮੇਰੇ ਸੁਪਨਿਆਂ ਦਾ ਸ਼ਹਿਜ਼ਾਦਾ ਲੱਗਦਾ। ਮਗਰੋਂ 87-88 ਵਿੱਚ ਆਈ ਇੱਕ ਹੋਰ ਪੰਜਾਬੀ ਫਿਲਮ ਯਾਰੀ ਜੱਟ ਦੀ। ਯਾਰੀ ਜੱਟ ਦੀ ਨੇ ਰਹਿੰਦੀ ਕਸਰ ਵੀ ਪੂਰੀ ਕਰ ਦਿੱਤੀ। ਮੈਂ ਘਰੇ ਬਿਨਾਂ ਦੱਸਿਆਂ ਪੂਰੇ 5 ਵਾਰ ਦੇਖੀ। ਸਾਰੀ ਫਿਲਮ ਵਿੱਚ ਇੰਗਲੈਂਡ ਦਾ ਮਾਹੌਲ ਦਿਖਾਇਆ ਗਿਆ ਸੀ। ਮੈਨੂੰ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਦੀ ਪ੍ਰੀਤੀ ਸਪਰੂ ਨਜ਼ਰ ਆਉਂਦੀ। ਮਨ ਵਿੱਚ ਬਿਠਾ ਲਿਆ ਸੀ ਕਿ ਭਾਵੇਂ ਜੋ ਮਰਜ਼ੀ ਹੋ ਜਾਵੇ, ਜਾਣਾ ਤਾਂ ਬਾਹਰ ਹੀ ਏ। ਫਿਰ ਮੰਗਣਾ ਕੈਨੇਡਾ ਵਿੱਚ ਹੋ ਗਿਆ। ਵਿਆਹ, ਜੰਝ, ਮੈਰਿਜ ਪੈਲਸ, ਦਾਜ, ਦਹੇਜ, ਕਾਰਾਂ, ਬੱਸਾਂ ਅਤੇ ਹੋਰ ਵੀ ਕਿੰਨਾ ਕੁਝ। 11 ਬੰਦਿਆਂ ਦੀ ਬਰਾਤ ਦੇ ਰਿਵਾਜ ਕਰਕੇ ਚੰਡੀਗੜ੍ਹ ਜਾਣਾ ਪਿਆ। ਮੁੜ ਸਾਲ ਦੀ ਉਡੀਕ ਮਗਰੋਂ ਅਖੀਰ ਉਹ ਦਿਨ ਆਣ ਹੀ ਪਹੁੰਚਿਆ। 27 ਘੰਟਿਆਂ ਦੀ ਫਲਾਈਟ ਮਗਰੋਂ ਟੋਰਾਂਟੋ ਉਤਰੀ। ਸੁਪਨੇ ਸਜਾਉਂਦੀ ਜਹਾਜ਼ੋਂ ਬਾਹਰ ਆਈ। ਚਮਕਾਂ ਮਾਰਦੇ ਏਅਰਪੋਰਟ 'ਤੇ ਬੰਦੇ ਘੱਟ ਅਤੇ ਮਸ਼ੀਨਾਂ ਜ਼ਿਆਦਾ ਦਿਖੀਆਂ। ਪਹਿਲੀ ਰਾਤ ਜਦੋਂ ਹਰ ਨਵੀਂ ਵਿਆਹੀ ਦੇ ਮਨ ਵਿੱਚ ਢੇਰ ਸਾਰੇ ਵਲਵਲੇ ਹੁੰਦੇ, ਨਾਲ ਦੇ ਨਾਲ ਢੇਰ ਸਾਰੀਆਂ ਗੱਲਾਂ ਕਰਨ ਦੀ ਚਾਹ ਹੁੰਦੀ। ਜੀ ਕਰਦਾ ਹੈ ਕਿ ਕੋਈ ਹੱਥ ਫੜ ਕੇ ਪੁੱਛੇ ਕਿ ਤੇਰੇ ਜਹਾਜ਼ ਦਾ ਅਤੇ ਜ਼ਿੰਦਗੀ ਦੇ ਹੁਣ ਤੱਕ ਦਾ ਸਫ਼ਰ ਕਿੱਦਾਂ ਰਿਹਾ। ਪਰ ਇਹ ਤਾਂ ਕੁਝ ਵੀ ਨਹੀਂ ਹੋਇਆ। ਤੜਕੇ ਤੱਕ ਬਸ ਰੌਲੇ ਰੱਪੇ ਅਤੇ ਸ਼ਰਾਬ ਦੇ ਦੌਰ ਚੱਲਦੇ ਰਹੇ। ਮੁੜ ਕੇ 10 ਮਿੰਟਾਂ ਦੀ ਇੱਕ ਸੁਨਾਮੀ ਜਿਹੀ ਆਈ ਅਤੇ ਆਪਣੇ ਨਾਲ ਸਾਰੇ ਸੁਪਨੇ ਵਹਾ ਕੇ ਲੈ ਗਈ। ਮਗਰੋਂ ਮਹਿਸੂਸ ਹੋਇਆ ਕਿ ਸਾਰਾ ਟੱਬਰ ਹੀ ਇੱਦਾਂ ਦਾ ਸੀ। ਹਰ ਘਰ ਡਾਲਰਾਂ ਦੀ ਤੱਕੜੀ ਵਿੱਚ ਤੁਲਿਆ ਕਰਦੀ। ਹਮੇਸ਼ਾ ਇਹੋ ਸਲਾਹਾਂ ਹੁੰਦੀਆਂ ਕਿ ਵੱਧ ਤੋਂ ਵੱਧ ਡਾਲਰ ਕਿੱਦਾਂ ਬਣਾਉਣੇ। ਕਈ ਵਾਰ ਆਪੋ ਵਿੱਚ ਵੀ ਲੜ ਵੀ ਪੈਂਦੇ। ਭਾਵਨਾ ਅਤੇ ਕਦਰਾਂ ਕੀਮਤਾਂ ਬਰਫ਼ ਨਾਲੋਂ ਵੀ ਠੰਡੀਆਂ ਹੋ ਚੁੱਕੀਆਂ ਸਨ। ਮੁਸ਼ਕ ਮਾਰਦੀ ਫੈਕਟਰੀ ਵਿੱਚ ਭਰ ਗਰਮੀ ਵਿੱਚ ਕੰਮ ਕਰਦੀ ਨੂੰ ਅਕਸਰ ਪੰਜਾਬ ਚੇਤੇ ਆਉਂਦਾ। ਲੱਗਦਾ ਸੀ ਕੁੜਿੱਕੀ ਵਿੱਚ ਫਸ ਕੇ ਰਹਿ ਗਏ ਸਾਂ। ਸੋਫੀਆ ਨਾਮ ਦੀ ਇੱਕ ਕੁੜੀ ਦਾ ਫੋਨ ਅਕਸਰ ਆਉਂਦਾ ਸੀ। ਇਹ ਕਿੰਨੀ ਦੇਰ ਉਸ ਨਾਲ ਗੱਲਾਂ ਲੱਗੇ ਰਹਿੰਦੇ ਸਨ। ਮੈਨੂੰ ਬੜੀ ਤਕਲੀਫ਼ ਹੁੰਦੀ
ਅੰਦਰੋਂ ਅੰਦਰ ਸੜਦੀ ਪੁੱਜਦੀ ਰਹਿੰਦੀ। ਮੇਰੇ ਨਾਲ ਕਿਉਂ ਨਹੀਂ ਕਰਦਾ ਇੰਝ ਦੀਆਂ ਗੱਲਾਂ? ਕਿਸੇ ਨਾਲ ਦਿਲ ਫਰੋਲਦੀ ਤਾਂ ਆਖ ਦਿੰਦੇ ਕਿ ਨਾਲ ਕੰਮ ਕਰਦੀ ਏ, ਪਰ ਜਦੋਂ ਇੱਕ ਦੋ ਵਾਰ ਘਰੀ ਬੈੱਡਰੂਮ ਤੱਕ ਆਉਣ ਪਹੁੰਚੀ ਤਾਂ ਫਿਰ ਮੈਂ ਤੋਂ ਰਿਹਾ ਨਾ ਗਿਆ, ਕਲੇਸ਼ ਪਾ ਤਰਿਆ। ਸਾਰੇ ਆਖਣ ਇੱਥੇ ਇਹ ਸਭ ਕੁਝ ਆਮ ਜਿਹੀ ਗੱਲ ਹੈ। ਫਿਰ ਨਿੱਕੀ ਨਿੱਕੀ ਗੱਲ ਤੋਂ ਪੈਦਾ ਕਲੇਸ਼ ਨਿਤ ਦਾ ਵਰਤਾਰਾ ਬਣ ਗਿਆ। ਪਹਿਲਾਂ ਪੁਲਿਸ ਅਤੇ ਫਿਰ ਅਦਾਲਤਾਂ ਅਤੇ ਫਿਰ ਹੋਰ ਵੀ ਬੜਾ ਕੁਝ। ਲੌਂਗ ਦੇ ਲਿਸ਼ਕਾਰੇ ਵਾਲਾ ਰਾਜ ਬੱਬਰ ਮੈਨੂੰ ਕਿਧਰੇ ਵੀ ਨਾ ਦਿਸਿਆ, ਅਤੇ ਨਾ ਹੀ ਮੈਂ ਅਸਲ ਜ਼ਿੰਦਗੀ ਦੀ ਪ੍ਰੀਤੀ ਸਪਰੂ ਹੀ ਬਣ ਸਕੀ। ਤਲਾਕ ਦੀ ਸੁਣਵਾਈ ਸੀ, ਹੁਣ ਤਲਾਕ ਦੀ ਸੁਣਵਾਈ ਸੀ। ਇਕੱਲੀ ਬੈਠੀ ਨੂੰ ਕਿੰਨੇ ਵਰੇ ਪਹਿਲਾਂ ਵਾਲਾ ਉਹੀ ਗੁਰਮੁਖ ਸਿੰਘ ਚੇਤੇ ਆ ਗਿਆ। ਪਤਾ ਨਹੀਂ ਕਿਧਰੇ ਹੋਵੇਗਾ, ਪਸੰਦ ਨਹੀਂ ਸੀ ਤਾਂ ਕੀ ਹੋਇਆ? ਘੱਟੋ ਘੱਟ ਮੈਨੂੰ ਉਸਦੀਆਂ ਭਾਵਨਾਵਾਂ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਸੀ, ਇੰਨਾ ਉੱਚਾ ਨਹੀਂ ਸੀ ਉੱਡਣਾ ਚਾਹੀਦਾ ਮੈਨੂੰ। ਹੁਣ 3 ਦਹਾਕੇ ਮਗਰੋਂ ਮੇਰੇ ਵਾਲੇ ਉਸੇ ਪੜਾਅ ਵਿੱਚ ਅੱਪੜ ਚੁੱਕੀ ਆਪਣੀ ਧੀ ਨੂੰ ਇੱਕੋ ਗੱਲ ਸਮਝਾਉਂਦੀ ਹਾਂ ਕਿ ਕੁਝ ਪਲਾਂ ਦੀ ਬੱਲੇ ਬੱਲੇ ਅਤੇ ਚਕਾ ਚੌਂ ਦੀ ਖਾਤਰ ਕਿਸੇ ਗੁਰਮੁਖ ਸਿੰਘ ਨੂੰ ਪੈਸੇ ਵਾਲੀ ਤੱਕੜੀ ਵਿੱਚ ਨਾ ਤੋਲ ਦੇਵੀਂ। ਬੜੀ ਭਾਰੀ ਕੀਮਤ ਚੁਕਾਉਣੀ ਪੈਂਦੀ ਏ। ਸਾਰੀ ਉਮਰ ਇੱਕ ਐਸਾ ਜ਼ਹਿਰ ਪੀਣਾ ਪੈਂਦਾ ਏ ਜਿਹੜਾ ਨਾ ਤਾਂ ਚੰਗੀ ਤਰ੍ਹਾਂ ਜਿਉਣ ਹੀ ਦਿੰਦਾ ਏ ਅਤੇ ਨਾ ਹੀ ਪੂਰੀ ਤਰ੍ਹਾਂ ਮਰਨ ਦਿੰਦਾ ਏ। ਐਸਾ ਜ਼ਹਿਰ ਪੀਣਾ ਪੈਂਦਾ ਏ ਜਿਹੜਾ ਨਾ ਤਾਂ ਚੰਗੀ ਤਰ੍ਹਾਂ ਜਿਉਣ ਹੀ ਦਿੰਦਾ ਏ ਅਤੇ ਨਾ ਹੀ ਪੂਰੀ ਤਰ੍ਹਾਂ ਮਰਨ।